ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਪਿਆਰੇ ਦਰਸ਼ਕੋ, ਹੁਣ ਤਾਂ ਸਿਰਫ 7 ਦਿਨ ਰਹਿ ਗਏ ਦੀਵਾਲੀ ਆਉਣ 'ਤੇ। ਸੋ ਜਿਨ੍ਹਾਂ ਦੀਆਂ ਵੀ ਵੱਡੀਆਂ ਤੋਂ ਵੱਡੀਆਂ ਪ੍ਰੋਬਲਮਸ ਹੈਗੀਆਂ ਦੀਵਾਲੀ ਦੀ ਮਹਾਂਕਾਲੀ ਰਾਤ ਅਮਾਵਸ ਦੀ ਹੀ ਉਹਨਾਂ ਪ੍ਰੋਬਲਮ ਨੂੰ ਸੋਲਵ ਕਰ ਸਕਦੀ ਹੈ। ਸੋ ਫਟਾਫਟ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਣਾ ਟਿਵਾ ਦਿਖਾਉਣ ਲਈ ਜਾਂ ਵਿਸ਼ੇਸ਼ ਤੌਰ 'ਤੇ ਦੀਵਾਲੀ ਯੰਤਰ ਲੈਣ ਦੇ ਲਈ ਜਾਂ ਵਿਸ਼ੇਸ਼ ਸਿੱਧੀਆਂ ਦੀ ਪ੍ਰਾਪਤੀ ਦੇ ਲਈ। ਫਿਲਹਾਲ ਅਸੀਂ ਸਾਡੇ ਸਾਰੇ ਦਰਸ਼ਕਾਂ ਦੀ ਡਿਮਾਂਡ 'ਤੇ ਉਹਨਾਂ ਨੂੰ ਕੁਝ ਵਿਸ਼ੇਸ਼ ਉਪਾਅ ਦੱਸਣ ਜਾ ਰਹੇ ਹਾਂ। ਮਾਂ ਲਕਸ਼ਮੀ ਜੀ ਦੇ ਆਗਮਨ ਦੇ ਲਈ ਘਰ ਦੇ ਵਿੱਚ ਪੂਜਾ ਦੇ ਵਿੱਚ ਗੋਮਤੀ ਚੱਕਰ ਜਾਂ ਵਿਸ਼ਨੂੰ ਚੱਕਰ ਵੀ ਸਥਾਪਿਤ ਜ਼ਰੂਰ ਕਰਨਾ ਚਾਹੀਦਾ ਹੈ। ਗੋਮਤੀ ਚੱਕਰ ਜਿਹੜਾ ਹੈ ਘਰ ਦੇ ਵਿੱਚ ਧਨ ਲਾਭ ਦਿੰਦਾ ਹੈ ਅਤੇ ਨਾਲ ਨਾਲ ਬਿਮਾਰੀਆਂ ਤੋਂ ਵੀ ਰਾਹਤ ਦਿੰਦਾ ਹੈ, ਮਾਨਸਿਕ ਸ਼ਾਂਤੀ ਵੀ ਦਿੰਦਾ, ਤੁਹਾਡੇ ਸ਼ੁੱਕਰ ਨੂੰ ਬਹੁਤ ਸਟਰੋਂਗ ਕਰਦਾ ਹੈ। ਪੂਜਾ ਦੇ ਵਿੱਚ ਦੀਵਾਲੀ 'ਤੇ ਤੁਸੀਂ ਲਕਸ਼ਮੀ ਯੰਤਰ, ਕੁਬੇਰ ਯੰਤਰ, ਸ਼੍ਰੀ ਯੰਤਰ ਤਾਂ ਹਰ ਹਾਲ 'ਚ ਰੱਖੋ। ਸਵਟਿਕ ਦਾ ਸ਼੍ਰੀ ਯੰਤਰ ਜੇ ਤੁਸੀਂ ਰੱਖਦੇ ਹੋ ਤਾਂ ਬਹੁਤ ਹੀ ਵਧੀਆ ਰਿਜ਼ਲਟਸ ਦਿੰਦਾ ਹੈ, ਕਿਉਂਕਿ ਸਵਟਿਕ ਇੱਕ ਇੱਦਾਂ ਦਾ ਪੱਥਰ ਹੈ ਜਿਹਦੇ ਵਿੱਚ ਬਣਿਆ ਸ਼੍ਰੀ ਯੰਤਰ ਤੁਹਾਨੂੰ ਬੜੀ ਹੀ ਪੋਜ਼ਿਟਿਵ ਰੇਜ਼ ਹਮੇਸ਼ਾ ਦਿੰਦਾ ਹੈ। ਸੋ ਇਸ ਤੋਂ ਇਲਾਵਾ ਇਕਾਕਸ਼ੀ ਨਾਰੀਅਲ, ਦਕਸ਼ਨਾਵਰਤੀ ਸ਼ੰਖ, ਹੱਥਾ ਜੋੜੀ, ਜੇ ਇਹ ਵੀ ਰੱਖ ਕੇ ਦੀ ਪੂਜਾ ਵੀ ਕਰਦੇ ਹੋ ਤਾਂ ਕਮਾਲ ਹੀ ਹੋ ਜਾਂਦਾ ਹੈ। ਸੋ ਦੀਵਾਲੀ ਤੋਂ ਜਿਹੜਾ ਹੈ ਇੱਕ ਨਿਯਮ ਬਣਾ ਲਓ, ਇੱਕ ਰੂਲ ਬਣਾ ਲਓ ਕਿ ਘਰ ਦੇ ਵਿੱਚ ਤੁਹਾਡਾ ਜਦੋਂ ਵੀ ਖਾਣਾ ਬਣਦਾ ਤਾਂ ਪਹਿਲੀ ਰੋਟੀ ਤੁਸੀਂ ਹਮੇਸ਼ਾ ਗਾਂ ਨੂੰ ਖਿਲਾਓ, ਦੂਜੀ ਕਾਂ ਨੂੰ ਖਿਲਾਓ, ਤੀਜੀ ਕੁੱਤੇ ਨੂੰ ਖਿਲਾਓ। ਉਹਦੇ ਨਾਲ ਤੁਹਾਡੇ ਕੋਲ ਹਮੇਸ਼ਾ ਬਰਕਤ ਜਿਹੜੀ ਹੈ ਨਿਵਾਸ ਕਰੇਗੀ। ਦੀਵਾਲੀ ਦੇ ਉੱਤੇ ਲਕਸ਼ਮੀ ਜੀ ਦੀ ਪੂਜਨ ਕਰਨ ਦੇ ਲਈ ਸਥਿਰ ਲਗਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਸਥਿਰ ਲਗਨ ਦਾ ਕੀ ਟਾਈਮ ਹੈਗਾ ਇਹਦੇ ਲਈ ਸਾਡੇ ਐਪੀਸੋਡਸ ਦੇਖਦੇ ਰਹੀਓ, ਇੱਕ ਨਾ ਇੱਕ ਦਿਨ ਦੀਵਾਲੀ ਤੋਂ ਪਹਿਲਾਂ ਜ਼ਰੂਰ ਦੱਸਾਂਗੇ। ਸੋ ਇਸ ਲਗਨ ਦੇ ਵਿੱਚ ਜੇ ਤੁਸੀਂ ਪੂਜਾ ਕਰਦੇ ਹੋ ਤਾਂ ਸਥਿਰ ਯਾਨੀ ਕਿ ਹਮੇਸ਼ਾ ਟਿਕਣ ਵਾਲੇ ਮਾਂ ਲਕਸ਼ਮੀ ਜੀ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਟਿਕ ਕੇ ਰਹਿੰਦੇ ਆ, ਨਿਵਾਸ ਕਰਦੇ ਆ, ਯਾਨੀ ਪੈਸਾ ਕਦੀ ਖਤਮ ਨਹੀਂ ਹੁੰਦਾ। ਸੋ ਦੀਵਾਲੀ ਦੇ ਉੱਤੇ ਸ਼੍ਰੀ ਸੂਕਤ ਅਤੇ ਕਨਕ ਤਾਰਾ ਸਤੋਤਰ ਦਾ ਪਾਠ ਵੀ ਕਰਨਾ ਚਾਹੀਦਾ ਹੈ। ਰਾਮ ਰਕਸ਼ਾ ਸਤੋਤਰ ਜਾਂ ਹਨੂੰਮਾਨ ਚਾਲੀਸਾ ਜਾਂ ਸੁੰਦਰ ਕਾਂਡ ਦਾ ਪਾਠ ਵੀ ਤੁਹਾਨੂੰ ਇਫੈਕਟਿਵ ਹੋ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਦੀਵਾਲੀ ਦੇ ਲਈ ਯੰਤਰਾਂ ਦਾ ਜਿਹੜਾ ਪ੍ਰਬੰਧ ਕਿੱਦਾਂ ਕਰੀਏ। ਪਿਆਰੇ ਦਰਸ਼ਕੋ, ਤੁਹਾਡੇ ਸਾਰਿਆਂ ਦੀ ਹੀ ਜਿਹੜੀ ਹੈ ਬਹੁਤ ਜ਼ਿਆਦਾ ਡਿਮਾਂਡ 'ਤੇ ਅਸੀਂ ਦੀਵਾਲੀ ਦੇ ਲਈ ਵਿਸ਼ੇਸ਼ ਯੰਤਰ ਵੀ ਤਿਆਰ ਕਰਵਾ ਲਏ ਹੈ। ਸੋ ਜਿਹੜੇ ਤੁਸੀਂ ਬੁੱਕ ਕਰਵਾ ਸਕਦੇ ਹੋ, ਇਹਨਾਂ ਦੇ ਉੱਤੇ ਤੁਸੀਂ ਆਪ ਵੀ ਪੂਜਾ ਕਰ ਸਕਦੇ ਹੋ ਜਾਂ ਇਹਨਾਂ ਯੰਤਰਾਂ 'ਤੇ ਸਾਡੇ ਦੁਆਰਾ ਸਿੱਧੀਆਂ ਸਾਡੇ ਦੁਆਰਾ ਪੂਜਾ ਕਰਨ ਤੋਂ ਬਾਅਦ ਦੀਵਾਲੀ ਤੋਂ ਬਾਅਦ ਵੀ ਇਹ ਪ੍ਰਾਪਤ ਕਰ ਸਕਦੇ ਹੋ। ਸਿਰਫ 500 ਤੋਂ ਲੈ ਕੇ 5100 ਤੱਕ ਨੋਰਮਲ ਯੰਤਰ ਨੇ, ਅਤੇ ਇਸ ਤੋਂ ਇਲਾਵਾ ਵੱਡੀ ਰੇਂਜ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ। ਅਤੇ ਨਾਲ ਦੀ ਨਾਲ ਅਸੀਂ ਦੱਸ ਦਈਏ ਕਿ ਇਹ ਸਾਰੀ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਦੱਸ ਰਹੇ ਹਾਂ, ਮੰਤਰ ਦੱਸ ਰਹੇ ਹਾਂ, ਸਾਰਾ ਕੁਝ ਸਾਡੇ ਅਖਬਾਰ ਵਾਇਸ ਆਫ ਏਸ਼ੀਅਨਸ ਦੇ ਵਿੱਚ ਵੀ ਤੁਹਾਨੂੰ ਮਿਲ ਜਾਏਗਾ, ਜਿਹੜਾ 150 ਰੁਪਏ ਦਾ ਚੰਦਾ ਭੇਜ ਕੇ ਤੁਸੀਂ ਸਾਡੇ ਤੋਂ ਹਾਸਲ ਕਰ ਸਕਦੇ ਹੋ। ਬਾਏ ਪੋਸਟ ਹਰ ਹਫ਼ਤੇ ਤੁਹਾਡੇ ਕੋਲ ਆਏਗਾ। ਰੁਦਰਾਕਸ਼ ਦੀ ਅਸੀਂ ਗੱਲ ਕਰ ਰਹੇ ਸੀ ਬਹੁਤ ਦਿਨਾਂ ਤੋਂ, ਦੀਵਾਲੀ ਦਾ ਮੌਕਾ ਬਹੁਤ ਵਧੀਆ, ਅਮਾਵਸ ਦੀ ਮਹਾਂਕਾਲੀ ਰਾਤ ਜਦੋਂ ਰੁਦਰਾਕਸ਼ ਪਾ ਕੇ ਤੁਸੀਂ ਰਾਕਸ਼ਸੀ ਜਿੰਨੀਆਂ ਤਾਕਤਾਂ ਹੈਗੀਆਂ ਨਜ਼ਰ ਹੈ ਇਹਨਾਂ ਤੋਂ ਬਚ ਸਕਦੇ ਹੋ। ਬ੍ਰਹਮ ਹੱਤਿਆ, ਫਿਰ ਸ਼ਰਾਬ ਪੀਣਾ, ਸੋਨੇ ਦੀ ਚੋਰੀ, ਪਰ ਇਸਤਰੀ ਨਾਲ ਰਿਲੇਸ਼ਨਸ, ਮਾੜੀ ਸੰਗਤ ਦੇ ਦੋਸ਼ ਦੇ ਕਾਰਨ ਹੋਏ ਪਾਪ, ਇਹਨਾਂ ਸਾਰੀਆਂ ਪ੍ਰੋਬਲਮਸ ਤੋਂ ਤੁਹਾਡਾ ਬਚਾਅ ਹੁੰਦਾ ਹੈ ਅਤੇ ਇਨਸਾਨ ਰੁਦਰਾਕਸ਼ ਪਾ ਕੇ ਪਵਿੱਤਰ ਹੋ ਜਾਂਦਾ ਹੈ ਅਤੇ ਸਾਰੇ ਹੀ ਤੀਰਥਾਂ ਦਾ ਫਲ ਭੋਗਦਾ ਹੈ। ਸੋ ਪਤਿਤ ਦੇ ਸੰਗ ਜਿਹੜਾ ਹੈ ਪਾਸ਼ਨ ਕਰਨ ਦੇ ਨਾਲ ਲੱਗੇ ਹੋਏ ਪਾਪ ਤੋਂ ਵੀ ਮੁਕਤੀ ਮਿਲਦੀ ਹੈ। ਸੋ ਹਮੇਸ਼ਾ ਆਪਣੀ ਪੰਕਤੀ ਦੇ ਵਿੱਚ ਭੋਜਨ ਕਰਨ ਵਾਲੇ ਸੈਂਕੜਾ ਹਜ਼ਾਰਾਂ ਜਿਹੜੇ ਲੋਕ ਨੇ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹੋ ਜਾਂਦਾ ਹੈ। ਐਂਡ ਦੇ ਵਿੱਚ ਰੁਦਰਾਕਸ਼ ਦੇ ਕਾਰਨ ਇਨਸਾਨ ਸ਼ਿਵ ਲੋਕ ਦੀ ਵੀ ਪ੍ਰਾਪਤੀ ਕਰਦਾ ਹੈ। ਸੋ ਉਹਦਾ ਪੁਨਰਜਨਮ ਨਹੀਂ ਹੁੰਦਾ, ਯਾਨੀ ਕਿ ਉਹਨੂੰ ਮੁਕਤੀ ਮਿਲਦੀ ਹੈ, ਜਨਮ ਜਨਮ ਦੇ ਜਨਮ ਮਰਨ ਦੇ ਝੰਝਟ ਤੋਂ ਬਚਦਾ ਹੈ। ਸੋ ਰੁਦਰਾਕਸ਼ ਦਾ ਮਹਾਤਮਾ ਜਾਣਨਾ ਪ੍ਰਾਣੀ ਦੇ ਲਈ ਬਹੁਤ ਹੀ ਹਿੱਤਕਾਰੀ ਹੈ। ਸੋ ਇੱਦਾਂ ਹੀ ਤੁਸੀਂ ਜਿਹੜਾ ਦੀਵਾਲੀ ਦੇ ਮੌਕੇ 'ਤੇ ਆਪਣੇ ਘਰ ਦਾ ਵਾਸਤੂ ਜ਼ਰੂਰ ਕਰਾਓ, ਜਿਨ੍ਹਾਂ ਨੂੰ ਲੱਗਦਾ ਉਹਨਾਂ ਦੇ ਘਰ ਦੇ ਵਾਸਤੂ ਦੇ ਵਿੱਚ ਪ੍ਰੋਬਲਮ ਹੈਗੀ ਹੈ, ਉਹਦੇ ਲਈ ਵੀ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹੋ, ਕਿਉਂਕਿ ਘਰ ਦੇ ਵਿੱਚ ਘਰ ਦਾ ਵਾਸਤੂ ਫਿਰ ਘਰ ਦੇ ਰੰਗਾਂ ਦਾ ਖਾਸ ਉਤਾਰ ਚੜਾਅ, ਖਾਸ ਜਿਹੜਾ ਹੈਗਾ ਉਹਨਾਂ ਦੀ ਡਾਇਰੈਕਸ਼ਨਸ, ਘਰ ਦੀ ਕਿੱਥੇ ਕਿਹੜਾ ਰੰਗ ਕਿੱਥੇ ਕਿਹੜਾ ਹੋਣਾ ਚਾਹੀਦਾ, ਫਿਰ ਪਾਣੀ ਕਿਸ ਸਾਈਡ ਤੋਂ ਆਉਣਾ ਚਾਹੀਦਾ, ਕਿਸ ਸਾਈਡ ਤੋਂ ਬਹਿਣਾ ਚਾਹੀਦਾ, ਇਹਨਾਂ ਚੀਜ਼ਾਂ ਨਾਲ ਵੀ ਧਨ ਦੇ ਟਿਕਣ ਦੇ ਯੋਗ ਬਣਦੇ ਨੇ। ਸੋ ਪਿਆਰੇ ਦਰਸ਼ਕੋ, ਕਿਉਂਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਹ ਸਾਰੀ ਜਾਣਕਾਰੀ ਤੁਸੀਂ ਸਾਡੇ ਅਖਬਾਰ ਦੇ ਵਿੱਚ ਵੀ, ਵਾਇਸ ਆਫ ਏਸ਼ੀਅਨਸ ਦੇ ਵਿੱਚ ਵੀ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੇ ਅਕਾਊਂਟ ਜਿਹੜਾ ਹੈ ਫੇਸਬੁੱਕ 'ਤੇ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਸਾਡੇ ਪੇਜ ਨੂੰ ਲਾਈਕ ਕਰਕੇ ਉੱਥੇ ਪਈ ਵੀ ਇਹ ਸਾਰੀ ਜਾਣਕਾਰੀ ਕਾਪੀ ਕਰ ਸਕਦੇ ਹੋ, ਤੁਹਾਡੇ ਕੰਮ ਆ ਸਕਦੀ ਹੈ। ਸੋ ਉਸ ਤੋਂ ਇਲਾਵਾ ਤੁਸੀਂ ਸਾਡੇ ਵਟਸਐਪ ਨੰਬਰ 9876220533 'ਤੇ ਵੀ ਸਾਨੂੰ ਰਿਕੁਐਸਟ ਭੇਜ ਕੇ, ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ ਕੰਟਰੀ ਦਾ ਨਾਮ ਭੇਜ ਕੇ ਬੇਸ਼ਕੀਮਤੀ ਜਾਣਕਾਰੀ ਰੋਜ਼ ਸਾਡੇ ਤੋਂ ਮੰਗਵਾ ਸਕਦੇ ਹੋ, ਜਿਹਦੇ ਕੋਈ ਚਾਰਜਸ ਨਹੀਂ ਹੈ। ਲੇਕਿਨ ਜੇ ਤੁਸੀਂ ਟੇਵਾ ਦਿਖਾਉਣਾ ਹੋਇਆ ਤਾਂ ਉਹਦੇ ਲਈ ਅਪੁਆਇੰਟਮੈਂਟ ਲੈ ਕੇ ਜਾਂ ਆ ਕੇ ਪੁੱਛ ਸਕਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਸਾਡੇ ਤੋਂ ਬੁੱਕ ਕਰਵਾ ਸਕਦੇ ਹੋ।
ਸੋ ਹੁਣ ਅਸੀਂ ਗੱਲ ਕਰ ਲਈਏ ਤੁਹਾਡੇ ਨਾਲ ਕਿ YouTube ਤੇ ਵੀ ਸਾਡੀਆਂ 950 ਤੋਂ ਜ਼ਿਆਦਾ ਜਿਹੜੀਆਂ ਵੀਡੀਓਜ਼ ਹੈਗੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਟਾਈਮ ਮਿਲਦਾ। ਤੇ ਅੱਜ ਦੇ ਰਾਸ਼ੀ ਫਲ ਬਾਰੇ ਜਿਹਦਾ ਤੁਹਾਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਹੈ, ਮੇਸ਼ ਰਾਸ਼ੀ ਵਾਲੇ ਵਿਦੇਸ਼ ਦੇ ਨਾਮ 'ਤੇ ਅੱਜ ਕੋਈ ਏਜੰਟ ਤੁਹਾਨੂੰ ਧੋਖਾ ਦੇ ਸਕਦਾ ਹੈ। ਵਰਿਸ਼ਠ ਰਾਸ਼ੀ ਵਾਲੇ ਅੱਜ ਦੋਸਤਾਂ ਦੀ ਅਸਲੀਅਤ ਸਾਹਮਣੇ ਆ ਸਕਦੀ ਹੈ। ਮਿਥੁਨ ਰਾਸ਼ੀ ਵਾਲੇ ਰਾਹ ਚੱਲਦੇ ਕੋਈ ਅਣਜਾਣ ਵਿਅਕਤੀ ਤੁਹਾਨੂੰ ਅੱਜ ਮਦਦ ਦੇਵੇਗਾ ਅਤੇ ਤੁਹਾਡੇ ਲਈ ਬਹੁਤ ਜ਼ਿਆਦਾ ਕੰਮ ਆਏਗਾ। ਫਿਰ ਗੱਲ ਕਰਦੇ ਹਾਂ ਅਸੀਂ ਮਿਥੁਨ ਰਾਸ਼ੀ ਵਾਲਿਆਂ ਦੀ। ਮਿਥੁਨ ਰਾਸ਼ੀ ਵਾਲੇ ਧਨ ਉਧਾਰ ਨਾ ਲੈਣ, ਨਹੀਂ ਤਾਂ ਪੈਸਾ ਡੁੱਬ ਸਕਦਾ ਹੈ। ਕਰਕ ਰਾਸ਼ੀ ਵਾਲੇ ਸਿਰ ਦਰਦ ਤੋਂ, ਲੰਬੀ ਬਿਮਾਰੀ ਤੋਂ ਅੱਜ ਤੁਹਾਨੂੰ ਰਾਹਤ ਮਿਲ ਸਕਦੀ ਹੈ। ਸਿੰਘ ਰਾਸ਼ੀ ਵਾਲੇ ਜਾਤਕ ਜਿਹੜੇ ਪੁਲਿਸ ਅਧਿਕਾਰੀਆਂ ਦੇ ਨਾਲ ਚੰਗਾ ਨਾਮ ਬਣ ਸਕਦਾ, ਲੇਕਿਨ ਕੰਨਿਆ ਰਾਸ਼ੀ ਵਾਲੇ ਝੂਠੀ ਵਾਹੀ ਬਿਲਕੁਲ ਨਾ ਦੇਣ, ਨਹੀਂ ਤਾਂ ਅੱਜ ਫਸ ਸਕਦੇ ਨੇ। ਤੁਲਾ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਲੈਂਡ ਪ੍ਰਾਪਰਟੀ ਵਹੀਕਲ ਖਰੀਦ ਸਕਦੇ ਹੈ। ਵਰਿਸ਼ਚਿਕ ਰਾਸ਼ੀ ਵਾਲੇ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਆ। ਤਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਸਫ਼ਰ ਦੇ ਦੌਰਾਨ ਜੇਬ ਕੱਟੀ ਜਾ ਸਕਦੀ ਹੈ, ਬਹੁਤ ਹੀ ਧਿਆਨ ਰੱਖਣ। ਮਕਰ ਰਾਸ਼ੀ ਵਾਲੇ ਜਾਤਕ ਅੱਜ ਸ਼ਤਰੂ ਤੁਹਾਡੇ ਤੋਂ ਡਰੇ ਡਰੇ ਰਹਿਣਗੇ, ਕੋਰਟ ਕਚਹਿਰੀ 'ਚ ਤੁਹਾਡੀ ਜਿੱਤ ਦਾ ਝੰਡਾ ਬੁਲੰਦ ਹੋ ਸਕਦਾ ਹੈ। ਕੁੰਭ ਰਾਸ਼ੀ ਵਾਲੇ ਜਾਤਕ ਅੱਜ ਆਪਣੇ ਜਨਮ ਦਿਨ ਦੇ ਮੁਤਾਬਿਕ 4 ਬੂਟੇ ਫਲਦਾਰ ਪਬਲਿਕ ਪਲੇਸ 'ਤੇ ਜ਼ਰੂਰ ਲਗਾਉਣ, ਜਿਹਨਾਂ ਅੱਛੇ ਰਿਜ਼ਲਟਸ ਮਿਲ ਸਕਦੇ ਆ। ਅਤੇ ਆਖਿਰ ਦੇ ਵਿੱਚ ਮੀਨ ਰਾਸ਼ੀ ਵਾਲੇ ਅੱਜ 2-ਪਹੀਆ ਵਾਹਨ ਦੇ ਕਾਰਨ ਅੱਜ ਤੁਹਾਡੀ ਐਕਸੀਡੈਂਟ ਦੀ ਚਾਂਸਿਸ ਬਣ ਸਕਦੇ ਹਨ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਮਿੰਦਰ ਜੀ ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤ ਸ਼੍ਰੀ ਸੁਖਮਿੰਦਰ 30G ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ। ਫੋਨ ਨੰਬਰ 94-170-2533 ਅਤੇ 98-720-2533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜੀ ਦਾ ਦੱਸੇ ਹੋਏ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਕਾਲਾ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋਜੂਗੀ। ਧੀਆਂ ਨੂੰ ਕੁੱਖਾਂ 'ਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ, 10 ਵੰਦ ਕੱਢ ਕੇ ਨੇਕ ਕਮਾਂ 'ਚ ਜ਼ਰੂਰ ਖਰਚ ਕਰਦੇ ਰਹੀਓ, ਅਤੇ ਆਪਣੇ ਹਰ ਜਨਮ ਦਿਨ 'ਤੇ 4 ਫਲਦਾਰ ਬੂਟੇ ਪਬਲਿਕ ਪਲੇਸ 'ਤੇ ਜ਼ਰੂਰ ਲਗਾਉਂਦੇ ਰਹੀਓ। ਕੱਲ੍ਹ ਫਿਰ ਮਿਲਦੇ ਹਾਂ, ਕੱਲ੍ਹ ਤੱਕ ਲਈ ਨਮਸਕਾਰ।